ਹਾਂਜੀ ਸਵਾਗਤ ਹੈ ਤੁਹਾਡਾ ਖਤਰਾਂ ਐਲਐਸਏ ਕੇ YouTube ਚੈਨਲ ਤੇ ਜਿੱਥੇ ਤੁਸੀਂ ਬਹੁਤ ਕੁਝ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ 1 ਤੋਂ 4 ਦਸੰਬਰ ਤੱਕ ਦਾ ਮੌਸਮ ਦੀ ਜਾਣਕਾਰੀ ਹੈ ਜੀ ਜਿਵੇਂ ਕਿ ਆਪਣੇ ਅੱਜ 1 ਦਸੰਬਰ ਤੋਂ ਬੱਦਲਬਾਈ ਹੋਣੀ ਜਿਹੜੀ ਪੰਜਾਬ ਦੇ ਵਿੱਚ ਸ਼ੁਰੂ ਹੋ ਗਈ ਹੈ ਲਗਭਗ ਸਾਰੇ ਹੀ ਪੰਜਾਬ ਦੇ ਵਿੱਚ ਅੱਜ ਬੱਦਲਬਾਈ ਮੌਜੂਦ ਹੈਗੀ ਤੇ ਇਹ ਬੱਦਲਬਾਈ 4 3 4 ਦਸੰਬਰ ਤੱਕ ਜਿਹੜੀ ਸੰਘਣੀ ਹੁੰਦੀ ਜਾਊਗੀ 3 ਦਸੰਬਰ ਤੱਕ ਹੈ ਜਿਹੜੀ ਕਿਤੇ ਕਿਤੇ ਹਲਕੀ ਬੂੰਦਾਬੰਦੀ ਹੋ ਸਕਦੀ ਹੈ ਬਾਰਿਸ਼ ਦੀ ਕੋਈ ਜ਼ਿਆਦਾ ਸੰਭਾਵਨਾ ਨਹੀਂ ਹੈਗੀ ਤੇ 4 ਦਸੰਬਰ ਨੂੰ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਹਲਕੀ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਤੇ ਜਿਹੜਾ 5 ਤੋਂ 8 ਦਸੰਬਰ ਤੱਕ ਦਾ ਮੌਸਮ ਹੈ ਉਹਦੇ ਵਿੱਚ ਬਾਰਿਸ਼ ਹੈ ਜਿਹੜੀ ਵੱਧ ਸਕਦੀ ਹੈ ਉਹ ਪਾ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗੇ ਹਜੇ ਉਹ ਕਨਫਰਮ ਨਹੀਂ ਗਈ ਵੈਸੇ ਸੁਭਾਵਨਾ ਬਣੀ ਹੋਈ ਹੈ ਵੀ 4 ਤੋਂ 5 ਤੋਂ 8 ਦਸੰਬਰਾਂ ਜਿਹੜੀ ਬਾਰਿਸ਼ ਹੈ ਹੋ ਸਕਦੀ ਹੈ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਿਤੇ ਹਲਕੀ ਤੇ ਕਿਤੇ ਕੁਝ ਜ਼ਿਲ੍ਹਿਆਂ 'ਚ ਹਜੇ ਵੀ ਹੋਣਗੇ ਜਿੱਥੇ ਭਾਰੀ ਬਾਰਿਸ਼ ਵੀ ਹੋ ਸਕਦੀ ਹੈ ਤਾਂ ਇਸ ਲਈ ਜਿਹੜੇ ਕਿਸਾਨ ਵੀਰ ਦੇਖੋ ਗਏਤੀ ਵਿਜਾਈਆਂ ਕਣਕ ਦੀ ਤਾਂ ਹੋ ਚੁੱਕੀ ਹੈ ਜਿਹੜੇ ਨਰਮੇ ਵਾਲਾ ਏਰੀਆ ਬਠਿੰਡਾ ਮਾਨਸਾ ਇੱਥੇ ਵੀ ਕਣਕਾਂ ਦੀ ਵਿਜਾਈ ਹੋ ਰਹੀ ਹੈ ਕੁਝ ਜਗ੍ਹਾ ਤੇ ਬਠਿੰਡੇ ਏਰੀਆ 'ਚ ਇੱਕਾ ਦੁੱਕਾ ਘਰਾਂ ਦੀ ਹਜੇ ਨਰਮੇ ਖੜੇ ਵੀ ਹੈ ਤਾਂ ਉਹ ਉਹ ਵੀ ਕਣਕ ਦੀ ਵਿਜਾਈ ਲਗਭਗ 1-2 ਦਿਨਾਂ 'ਚ ਕੰਪਲੀਟ ਹੋ ਜਾਊਗੀ ਪਰ ਜਿਹੜੀ ਨਰਮੇ ਵਾਲੀ ਕਣਕ ਹੈ ਬਾਰਿਸ਼ ਤੋਂ ਬਾਅਦ ਵੀ ਪੁੰਗਰ ਆਉਂਦੀ ਹੈ ਤੇ ਝੋਨੇ ਵਾਲੀ ਕਣਕ ਜਿਹੜੀ ਨਹੀਂ ਉੱਗਰਦੀ ਮੀਂਹ ਪੈਣ ਨਾਲ ਕਰੰਡ ਮੰਨ ਜਾਂਦੀ ਹੈ ਤਾਂ ਲਗਭਗ ਵਿਜਾਈ ਹੈ ਜਿਹੜੀ ਹੋ ਚੁੱਕੀ ਹੈ ਪਰ ਜੇ ਕੋਈ ਕੋਰ ਲਾਉਣ ਦਾ ਕੰਮ ਜਿਹੜਾ ਜਿੰਨੀ ਹੋ ਚੁੱਕੀ ਇੱਕ ਮਹੀਨੇ ਦੀ ਕਣਕ ਉਹ ਤਾਂ ਲਾ ਸਕਦਾ ਜਿਹਦੀ ਕਣਕ ਹਾਲੇ 22-25 ਦਿਨਾਂ ਦੀ ਉਹ ਰੁਕ ਸਕਦੇ ਨੇ ਬਾਰਿਸ਼ ਨੂੰ ਡਿੱਗ ਸਕਦੇ ਨੇ ਤੇ ਬਾਕੀ ਜਿਹੜੀ ਬਾਰਿਸ਼ ਜੇਕਰ 2-4 ਉਂਗਲਾਂ ਬਾਰਿਸ਼ ਵੀ ਹੁੰਦੀ ਹੈ ਉਹਦੇ ਨਾਲ 5-7 ਦਿਨ ਪਾ ਕਣਕ ਨੂੰ ਜਿਹੜਾ ਪਾਣੀ ਹੈ ਲੇਟ ਕਰ ਸਕਦੇ ਆ। ਤੇ ਇਹ ਅੱਗੇ 5 ਤੋਂ 8 ਦਸੰਬਰ ਦੀ ਵੀਡੀਓ ਆਪਾਂ ਅਗਲੀ ਵੀਡੀਓ ਪਾਵਾਂਗੇ 4 ਤਰੀਕ ਨੂੰ ਜਾਂ 3 ਨੂੰ ਜਦੋਂ ਇਹ ਕਨਫਰਮ ਹੋ ਗਿਆ بارش ਵੀ ਹੋ ਵੀ ਜਾਣੀ ਹੈ ਪੱਕਾ ਕਿਉਂਕਿ ਵੈਸਟਰਨ ਡਿਸਟਰਬੈਂਸ ਆਉਣਾ ਹੈਗਾ ਤੇ ਹੁਣ ਜਿਹੜਾ 3 ਦਸੰਬਰ ਤੱਕ 4 ਦੀ ਸ਼ਾਮ ਤੱਕ ਮੰਨ ਲਓ ਚਾਹੇ 4 ਦੇ ਅੱਧੇ ਦਿਨ ਤੱਕ 4 ਤੋਂ ਜਿਹੜਾ ਮੌਸਮ ਬਦਲੂਗਾ ਉਦੋਂ ਜ਼ਿਆਦਾ بارش ਦੀ ਸੰਭਾਵਨਾ ਬਣ ਰਹੀ ਹੈ ਤੇ 4 ਦਸੰਬਰ ਤੱਕ ਇਸੇ ਤਰ੍ਹਾਂ ਬੱਦਲਵਾਈ ਬਣੀ ਰਹੂਗੀ ਜਿਸ ਦੇ ਨਾਲ ਠੰਡ ਜਿਹੜੀ ਨਾਰਮਲ ਰਹੂਗੀ ਤੇ ਪਰ ਜਿਹੜੇ ਸੂਰਜ ਦੇ ਦਰਸ਼ਨ ਕੱਟ ਹੋਣਗੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰੋ ਹੋਰ ਵੀਡੀਓਜ਼ ਦੇਖਣੀਆਂ ਹਨ ਤਾਂ ਪਲੇਲਿਸਟ ਦੇ ਵਿੱਚ ਚੈੱਕ ਕਰ ਸਕਦੇ ਹੋਗੇ ਤੇ ਅਗਲੀ ਵੀਡੀਓ ਆਪਾਂ ਕਨਫਰਮ ਹੋ ਜਾਂਦੇ ਉਹ ਵੀ ਜਲਦ ਪਾਵਾਂਗੇ